ਝੋਨੇ ਦੀ ਕਟਾਈ ਦਾ ਸੀਜ਼ਨ ਸਿਰ 'ਤੇ ਆਉਂਦਿਆਂ ਹੀ ਕਿਸਾਨਾਂ ਸਮੇਤ ਜ਼ਿਲ੍ਹਿਆਂ 'ਚ ਬੈਠੇ ਅਧਿਕਾਰੀਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਨੇ। ਕਿਸਾਨਾਂ ਦੇ ਲਈ ਇਸ ਲਈ ਕਿ ਉਹ ਫਸਲ ਪਤਾ ਨਹੀਂ ਬਾਜ਼ਾਰ 'ਚ ਵਿਕੇਗੀ ਕਿ ਨਾ, ਅਤੇ ਅਧਿਕਾਰੀਆਂ ਦੇ ਲਈ ਇਸ ਲਈ ਕਿ ਕਿਸਾਨ ਨਾ ਸਿਰਫ ਹੁਣ ਇੱਕ ਵਾਰ ਫਿਰ ਪਰਾਲੀ ਨੂੰ ਅੱਗ ਲਗਾਉਣਗੇ, ਬਲਕਿ ਜੇਕਰ ਕਾਨੂੰਨ ਅਨੁਸਾਰ ਇਹਨਾਂ ਦੀ ਨਮੀ ਵਾਲੀ ਫਸਲ ਨਾ ਖਰੀਦੀ ਗਈ ਤਾਂ ਇਹ ਲੋਕ ਸੜਕਾਂ 'ਤੇ ਜਾਮ ਲਗਾ ਕੇ ਸਰਕਾਰ ਸਮੇਤ ਉਹਨਾਂ ਦਾ ਪਿੱਟ ਸਿਆਪਾ ਕਰ ਦੇਣਗੇ। ਕੁੱਲ ਮਿਲਾ ਕੇ ਸੌਖੀ ਅਤੇ ਦੇਸੀ ਭਾਸ਼ਾ 'ਚ ਸਮਝਾਇਆ ਜਾਵੇ ਤਾਂ ਹੁਣ ਸੁਪਰ ਸਟਰਾ ਮੈਨੇਜਮੈਂਟ ਸਿਸਟਮ SMS ਤੋਂ ਬਿਨਾਂ ਚੱਲਣ ਵਾਲੀਆਂ ਕੰਬਾਈਨ ਮਸ਼ੀਨਾਂ ਜ਼ਬਤ ਹੋਣਗੀਆਂ ਅਤੇ ਹੁਣ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਨੂੰ ਹਾਰਵੈਸਟਰ ਕੰਬਾਈਨਾਂ ਦੀ ਖੇਤੀਬਾੜੀ ਵਿਭਾਗ ਰਾਹੀਂ ਓਪਰੇਸ਼ਨ ਵਰਦੀਨੈਸ ਇੰਸਪੈਕਸ਼ਨ ਕਰਵਾਉਣ ਨੂੰ ਯਕੀਨੀ ਬਣਾਉਣਾ ਹੋਵੇਗਾ। ਇਸ ਗੱਲ ਨੂੰ ਕੋਈ ਹਵਾ ਵਿੱਚ ਨਹੀਂ ਬਲਕਿ ਇਸ ਸੰਬੰਧੀ ਹਦਾਇਤ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਅੱਜ ਜ਼ਿਲ੍ਹੇ ਦੇ ਸਮੂਹ ਕਿਸਾਨ ਆਗੂਆਂ ਅਤੇ ਕੰਬਾਈਨ ਮਾਲਕਾਂ ਦੀ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਦੇ ਦਿੱਤੀਆਂ ਨੇ। ਖੇਤੀਬਾੜੀ ਵਿਭਾਗ, ਕੋਆਪਰੇਟਿਵ ਡਿਪਾਰਟਮੈਂਟ, ਮਾਲ ਵਿਭਾਗ ਤੋਂ ਇਲਾਵਾ ਆਪਣੇ ਕੁਲਦੀਪ ਸਿੰਘ ਮਾਨੂਕੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ, ਉਹਨਾਂ ਉਹ ਔਰ ਉਹਨਾਂ ਦੇ ਹੋਰ ਮੈਂਬਰ ਸਾਹਿਬਾਨ ਇੱਥੇ ਆਏ ਸੀ। ਉਹਨਾਂ ਨਾਲ ਬੜੀ ਖੁੱਲ੍ਹ ਕੇ ਗੱਲਬਾਤ ਹੋਈ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਿਸ ਢੰਗ ਨਾਲ ਕੀਤੀ ਜਾਵੇ, ਇਹਦੇ ਵਿੱਚ ਜੋ ਮਸ਼ੀਨਰੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈਗੀ ਸਬਸਿਡੀ 'ਤੇ, ਔਰ ਇਹਨੂੰ ਲੈ ਕੇ ਉਹਦੇ ਵਿੱਚ ਜੋ ਪ੍ਰੈਕਟੀਕਲ ਤੌਰ 'ਤੇ ਜੋ ਪ੍ਰੋਬਲਮਸ ਆਈਆਂ ਉਹ ਬੜੀ ਖੁੱਲ੍ਹ ਕੇ ਉਹਨਾਂ 'ਤੇ ਚਰਚਾ ਹੋਈ। ਸੋ ਉਹਨਾਂ ਨੇ ਇਹਦੇ 'ਤੇ ਆਪਣੇ ਪ੍ਰੈਕਟੀਕਲ ਤਜਰਬੇ ਤੋਂ ਦੱਸਿਆ ਵੀ ਕਿਹੜੇ ਕਿਹੜੇ ਸੰਦ, ਕਿਹੜੀ ਕਿਹੜੀ ਮਸ਼ੀਨਰੀ ਜਿਹੜੀ ਹੈ ਉਹ ਲਾਹੇਵੰਦ ਹੈ, ਕਿਹੜੀ ਕਿਹੜੀ ਨਹੀਂ ਹੈ। ਸੋ ਇਹਨੂੰ ਲੈ ਕੇ ਅਸੀਂ ਕੁਛ ਆਰਡਰ 144 ਹੇਠ ਵੀ ਕਰਦੇ ਹੈਗੇ, ਜਿਹਦੇ ਵਿੱਚ ਰੀਪਰ 'ਤੇ ਬਿਲਕੁਲ ਪੂਰਨ ਤੌਰ 'ਤੇ ਬੈਨ ਕਰਨ ਬਾਰੇ ਇਹ ਸਾਰੇ ਕਿਸਾਨ ਜਥੇਬੰਦੀਆਂ ਨੇ ਕਿਹਾ ਹੈਗਾ ਕਿ ਰੀਪਰ ਨੂੰ ਜੇਕਰ ਬੈਨ ਕਰ ਦਿੱਤਾ ਜਾਂਦਾ ਹੈ ਤਾਂ ਉਹਦੇ ਨਾਲ ਜਿਹੜੀ ਹੈ ਉਹ ਜਿਹੜੀ ਕੁਤਰਨ ਹੈਗੀ ਹੈ ਉਹਨੂੰ ਅੱਗ ਲਾਉਣ ਤੋਂ ਆਪਾਂ ਰੋਕ ਸਕਦੇ ਹੈਗੇ, ਔਰ ਉਹਦੇ ਨਾਲ ਆਪਣਾ ਵਾਤਾਵਰਨ ਨੂੰ ਵੀ ਬਚਾ ਸਕਦੇ ਹਾਂ। ਸੋ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਔਰ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਜਿਹੜੀਆਂ ਹਦਾਇਤਾਂ ਹਨ ਇਹਨਾਂ ਨੂੰ ਅੱਗੇ ਲਿਜਾਣ ਵਾਸਤੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਨਾਲ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਸਹਿਯੋਗ ਮੰਗਿਆ ਹੈਗਾ, ਔਰ ਉਹਨਾਂ ਨੇ ਪੂਰਨ ਸਹਿਯੋਗ ਦੀ ਸਾਨੂੰ ਭਰੋਸਾ ਦਵਾਇਆ। ਅੱਗ ਲਗਾਉਣ 'ਤੇ ਤਾਂ ਪੂਰਨ ਤੌਰ 'ਤੇ ਪਾਬੰਦੀ ਹੈਗੀ ਹੈ, ਅੱਗ ਤਾਂ ਅੱਗ ਹੈ, ਇਹਦੇ ਵਿੱਚ ਥੋੜ੍ਹੀ ਕੀ ਅਤੇ ਜ਼ਿਆਦਾ ਨਹੀਂ ਹੈ। ਸੋ ਇਹਨਾਂ ਨੂੰ ਇਹਨਾਂ ਨੇ ਸਾਡੇ ਨਾਲ ਪੂਰਾ ਸਹਿਯੋਗ ਦੇਣ ਦੀ ਪੂਰੀ ਸਾਨੂੰ ਭਰੋਸਾ ਦਵਾਇਆ ਹੈਗਾ ਕਿ ਅੱਗ ਨਹੀਂ ਲਾਉਣਗੇ। ਉਸ ਤੋਂ ਇਲਾਵਾ ਜਿਹੜਾ ਹੈਗਾ ਵੀ ਕੰਬਾਈਨ ਮਸ਼ੀਨ ਦੇ ਨਾਲ ਸੁਪਰ SMS ਲਗਾ ਕੇ ਉਹ ਜਿਹੜੀ ਪੁਰਾਣੀ ਹੈਗੀ ਜਿਹੜਾ ਲੂਜ਼ ਸਟਰਾਅ ਹੈਗਾ ਉਹਨੂੰ ਇੱਕ ਸਾਈਡ 'ਤੇ ਇਕੱਠਾ ਕਰਨ ਵਾਸਤੇ ਜਾਂ ਪੇਲਰ ਲਗਾ ਕੇ ਜਿਹੜਾ ਹੈਗਾ ਉਹਦੀਆਂ ਗੱਡਾਂ ਬੰਨ ਕੇ ਅਤੇ ਉਹ ਜਿਹੜੀ ਉਹਨੂੰ ਚੰਗੀ ਤਰ੍ਹਾਂ ਪਰਾਲੀ ਨੂੰ ਸਾਂਭ ਲਿਆ ਜਾਵੇ, ਅੱਗ ਨਾ ਲਈ ਜਾਵੇ। ਸੋ ਇਸ ਗੱਲ 'ਤੇ ਆ ਕੇ ਜਿਹੜੇ ਇਸ ਨਤੀਜੇ 'ਤੇ ਪਹੁੰਚੇ ਹੈਗੇ, ਇਹਦੇ ਵਿੱਚ ਜਿਹੜਾ ਮਹਿਕਮੇ ਵੱਲੋਂ ਜੋ ਸਹਿਯੋਗ ਹੋਏਗਾ, ਜੋ ਮਸ਼ੀਨਰੀ ਹੈ ਸਾਡੇ ਕੋਲ ਉਹ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨਾਲ ਕਾਰਗਰ ਢੰਗ ਨਾਲ ਹਰ ਹੀਲੇ ਨਿਪਟਾਇਆ ਜਾਵੇਗਾ। ਉਹਨਾਂ ਕਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ 'ਤੇ ਮਾਰੂ ਪ੍ਰਭਾਵ ਪੈਂਦੇ ਨੇ, ਇਸ ਲਈ SMS ਤੋਂ ਬਿਨਾਂ ਕੋਈ ਵੀ ਕੰਬਾਈਨ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕਿਸਾਨ ਯੂਨੀਅਨ, ਹੋਰ ਮਹਿਕਮੇ ਅਤੇ ਖੇਤੀਬਾੜੀ ਵਿਭਾਗ ਦੀ ਮੀਟਿੰਗ ਹੋਈ ਆ। ਮੀਟਿੰਗ ਵਿੱਚ ਸਟਬਲ ਬਰਨਿੰਗ ਦੇ ਸੰਬੰਧ 'ਚ ਮੀਟਿੰਗ ਸੀ। ਮਤਿਆਂ ਦੇ ਵਿੱਚ ਇਹ ਪਾਇਆ ਗਿਆ ਕਿ ਜੋ ਰੀਪਰ ਆ, ਰੀਪਰ ਦੇ ਨਾਲ ਕੱਟਣ ਤੋਂ ਬਾਅਦ, ਪਰਾਲੀ ਕੱਟਣ ਤੋਂ ਬਾਅਦ ਉਹ ਉਸਨੂੰ ਅੱਗ ਲਾਈ ਜਾਂਦੀ ਹੈ, ਜੋ ਕਿ ਗਿੱਲਾ ਹੋਣ ਦੇ ਬਾਵਜੂਦ ਬਹੁਤ ਧੂੰਆਂ ਹੋ ਜਾਂਦਾ।
ਇਸ ਲਈ ਉਹ ਰੀਪਰ 'ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਕਿਸਾਨ ਯੂਨੀਅਨ ਨੇ ਸਾਨੂੰ ਮੰਗ ਪੱਤਰ ਦਿੱਤੇ ਆ ਅਤੇ ਨਾਲ ਹੀ ਜੋ ਕੰਬਾਈਨਾਂ ਬਗੈਰ SMS ਤੋਂ ਚੱਲਣਗੀਆਂ ਉਹਨਾਂ 'ਤੇ ਵੀ ਪੂਰਨ ਪਾਬੰਦੀ ਆ। SMS ਲੱਗੀਆਂ ਹੋਈਆਂ ਕੰਬਾਈਨਾਂ ਹੀ ਚੱਲਣਗੀਆਂ। ਇਸ ਲਈ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ SMS ਤੋਂ ਬਿਨਾਂ ਕੰਬਾਈਨ ਤੋਂ ਨਾ ਵੜਾਇਆ ਜਾਵੇ। ਜੋ ਕਿਸੇ ਨੇ ਗੰਢਾ ਬੰਨਣੀਆਂ ਜਾਂ ਉਹ ਖੇਤੀ ਜਾਂ ਉਹਨਾਂ ਨੇ ਪਰਾਲੀ ਟੀਵਰੀਪਰ ਨਾਲ ਕੱਟ ਕੇ ਗੰਢਾ ਬੰਨਣੀਆਂ ਜਾਂ ਸਾਂਭਣੀਆਂ, ਉਹਨਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਮਨਜ਼ੂਰੀ ਲੈ ਕੇ ਉਹ ਗੰਢਾ ਬਣਾਈਆਂ ਜਾਣ, ਤਾਂ ਜੋ ਆਪਾਂ ਜੋ ਪ੍ਰਦੂਸ਼ਣ ਝੋਨਾ ਕੱਟਣ ਤੋਂ ਬਾਅਦ ਪਰਾਲੀ ਦਾ ਹੁੰਦਾ ਉਹਦੇ ਨਾਲ ਅਨੇਕਾਂ ਬਿਮਾਰੀਆਂ, ਬੱਚਿਆਂ ਨੂੰ ਬਿਮਾਰੀਆਂ, ਬਜ਼ੁਰਗਾਂ ਨੂੰ ਅਤੇ ਅਨੇਕਾਂ ਐਕਸੀਡੈਂਟ ਹੁੰਦੇ ਆ। ਇਸ ਲਈ ਇਹਨਾਂ ਦੇ ਸਭ ਦੇ ਬਚਤ ਲਈ ਅਸੀਂ ਸਾਰੇ ਵਿਭਾਗ ਬਣੀਓ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਅਤੇ ਉਹਨੂੰ ਵਿੱਚ ਸਾਂਭ ਕੇ ਅਗਲੀ ਫਸਲ ਬੀਜੀ ਜਾਵੇ ਤਾਂ ਜੋ ਅਗਲੀ ਫਸਲ ਦਾ ਵੱਧ ਤੋਂ ਵੱਧ ਝਾੜ ਲਿਆ ਸਕੇ। ਧੰਨਵਾਦ। ਕਿੰਨੇ ਕਿੰਨੇ ਪਾਬੰਦੀ ਕਿੰਨੇ ਕਿੰਨੇ 'ਤੇ ਲਾਈ ਗਈ ਹੈ ਜੀ ਅੱਜ ਦੀ ਮੀਟਿੰਗ? ਅੱਜ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਾਇਆ ਗਿਆ ਕਿ ਰੀਪਰ 'ਤੇ ਪੂਰਨ ਪਾਬੰਦੀ ਲਾਈ ਜਾਵੇ ਅਤੇ SMS ਦੀਆਂ ਬਿਨਾਂ ਕੰਬਾਈਨਾਂ ਨਾ ਚੱਲਣ ਦਿੱਤੀਆਂ ਜਾਣ। ਕਿਸਾਨਾਂ ਨੂੰ ਕੀ ਅਪੀਲ ਕਰ? ਕਿਸਾਨਾਂ ਨੂੰ ਇਹੀ ਅਪੀਲ ਆ ਕਿ ਉਹ ਰੀਪਰ ਨਾਲ ਝੋਨੇ ਦੀ ਕਟਾਈ, ਪਰਾਲੀ ਨੂੰ ਨਾ ਕੱਟਣ ਅਤੇ ਕਿਉਂਕਿ ਉਹਦੇ ਨਾਲ ਜਦੋਂ ਕੱਟਾਂਗੇ ਤਾਂ ਅੱਗ ਜੋ ਲਾਉਂਦੇ ਆ ਉਹਨਾਂ ਦੇ ਨਾਲ ਪ੍ਰਦੂਸ਼ਣ ਜ਼ਿਆਦਾ ਹੁੰਦਾ। ਇਸ ਲਈ ਮੈਂ ਇਹੀ ਅਪੀਲ ਕਰਦਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਹੈਪੀ ਸੀਡਰ ਨਾਲ, ਰੋਟਾਵੇਟਰ ਨਾਲ, MB ਪਲੋ ਨਾਲ, ਇਹਨਾਂ ਮਸ਼ੀਨਾਂ ਜੋ ਕਿ ਸਾਡੇ ਕਸਟਮਰ ਹੈ ਸੈਂਟਰਾਂ ਕੋਲ ਉਪਲਬਧ ਆ, ਸੁਸਾਇਟੀਆਂ ਕੋਲ ਉਪਲਬਧ ਆ, ਲੈ ਕੇ ਉਹਨਾਂ ਤੋਂ ਇਹਨਾਂ ਦੀ ਬਿਜਾਈ ਕੀਤੀ ਜਾਵੇ। ਧੰਨਵਾਦ। ਇਹ ਤਾਂ ਸਨ ਉਹ ਗੱਲਾਂ ਜਿਹੜੀਆਂ ਕਿਤਾਬਾਂ ਦਾ ਢਿੱਡ ਭਰਨ ਲਈ ਕਈ ਜ਼ਿਲ੍ਹਿਆਂ ਦੇ ਅਧਿਕਾਰੀ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਿਸਾਨ ਅਜਿਹੇ ਹੁਕਮਾਂ ਦੀ ਸ਼ਰੇਆਮ ਧੱਜੀਆਂ ਉਡਾ ਕੇ ਐਲਾਨੀਆਂ ਪਰਾਲੀ ਸਾੜਦੇ ਨੇ ਅਤੇ ਹਰ ਸਾਲ ਉਸ ਪਰਾਲੀ ਦੇ ਧੂੰਏ ਵਿੱਚ ਗੁੰਮ ਹੋ ਕੇ ਪਤਾ ਨਹੀਂ ਕਿੰਨੀਆਂ ਹੀ ਮਾਵਾਂ ਦੇ ਪੁੱਤ ਸਿਆਸਤ ਦੀ ਚੁੱਪੀ ਕਾਰਨ ਸੜਕ ਹਾਸਿਆਂ ਦੀ ਭੇਟ ਚੜ ਜਾਂਦੇ ਨੇ। ਅਜਿਹੇ ਵਿੱਚ ਦੁਖੀ ਲੋਕ ਇਹੋ ਕਹਿੰਦੇ ਦਿਖਾਈ ਦਿੰਦੇ ਨੇ, ਤੁਸੀਂ ਦੇਖੀ ਚੱਲਿਓ, ਇਹ ਇੱਦਾਂ ਹੀ ਚੱਲੂ ਅਤੇ ਸਰਕਾਰ ਕੁਝ ਨਹੀਂ ਕਰ ਸਕਦੀ। ਬਿਊਰੋ ਰਿਪੋਰਟ, ਹਕੀਕਤ TV।